ਕੋਲ ਹਜੇ ਤੱਕ ਇਹ ਇਨਫੋਰਮੇਸ਼ਨ ਹੈ ਕਿ ਲੜਕੀ ਉਦੋਂ ਆਪਣੀ ਕੰਸੈਂਟ ਦੇ ਨਾਲ ਹੀ ਗਈ ਆ, ਸਾਡੀਆਂ ਪੁਲਿਸ ਪਾਰਟੀ ਜਿਹੜੀਆਂ ਅਲੱਗ ਅਲੱਗ ਜਿਹੜੀਆਂ ਜਗ੍ਹਾ 'ਤੇ ਜਿਹੜੀਆਂ ਰੇਡਿੰਗ ਪਾਰਟੀ ਸਾਡੀਆਂ ਗਈਆਂ, ਜਲਦੀ ਅਸੀਂ ਜਿਹੜਾ ਦੋਸ਼ੀ ਨੂੰ ਅਰੈਸਟ ਕਰ ਲਾਂ। ਜੋ ਵੀ ਇਨਫੋਰਮੇਸ਼ਨ ਹੈ ਸਾਡੇ ਕੋਲ, ਸਾਡੀ ਇਨਵੈਸਟੀਗੇਸ਼ਨ ਦਾ ਪਾਰਟ ਆ, ਸਾਡੇ ਅਲੱਗ ਅਲੱਗ ਟੀਮਾਂ ਅਲੱਗ ਅਲੱਗ ਜਗ੍ਹਾ ਅਸੀਂ ਫੋਕਸ ਕੀਤਾ ਹੈਗਾ, ਜਲਦੀ ਅਸੀਂ ਜਿਹੜਾ ਦੋਸ਼ੀ ਨੂੰ ਅਰੈਸਟ ਕਰਾਂਗੇ। ਸਾਡੀ ਅਲੱਗ ਅਲੱਗ ਸਟੇਟਸ ਪਾਰਟੀਆਂ ਅਲੱਗ ਅਲੱਗ ਜਗ੍ਹਾ 'ਤੇ ਅਸੀਂ ਵੈਰੀਫਾਈ ਕਰ ਰਹੇ ਹਾਂ, ਜਿੱਥੇ ਵੀ ਸਾਡੇ ਕੋਲ ਇਨਫੋਰਮੇਸ਼ਨ ਮਿਲ ਰਹੀ ਹੈ ਅਸੀਂ, ਕਿਉਂਕਿ ਲੜਕੀ ਇੱਥੋਂ ਜਿਹੜੀ ਮੁੱਢਲੀ ਪੁੱਛਗਿੱਛ ਜਾਂ ਹੁਣ ਤੱਕ ਦੀ ਤਫਤੀਸ਼ ਚਾਹੀ ਆਪਣੀ ਕੰਸੈਂਟ ਦੇ ਨਾਲ ਗਈ ਆ, ਇੱਥੋਂ ਕੋਈ ਜ਼ੋਰ ਜ਼ਬਰਦਸਤੀ ਨਹੀਂ ਕੀਤੀ। ਇਹ ਜਿਹੜਾ ਹੈਗਾ ਅੱਗੇ ਫਰਦਰ ਜਿਹੜਾ ਦੋਸ਼ੀ ਨੂੰ ਅਰੈਸਟ ਕਰਨ 'ਤੇ ਹੀ ਜਿਹੜਾ ਜਿਹਦੇ ਖਿਲਾਫ਼ ਮੁਕੱਦਮਾ ਦਰਜ ਤਾਂ ਜਿਹੜੀ ਕਲੀਅਰ ਹੋ ਸਕਦੀ ਵੀ ਲੜਕੀ ਕਿੱਥੇ। ਮੈਂ ਤੁਹਾਨੂੰ ਦੱਸਿਆ ਕਿ ਸਾਡਾ ਇਨਵੈਸਟੀਗੇਸ਼ਨ ਦਾ ਪਾਰਟ ਹੈਗਾ, ਜਿਹੜੀਆਂ ਪੰਜਾਬ ਤੋਂ ਬਾਹਰ ਵੀ ਪੁਲਿਸ ਪਾਰਟੀਆਂ ਪੰਜਾਬ ਨੂੰ ਵੀ ਫੋਕਸ ਕਰ ਰਹੇ, ਜਿੱਥੇ ਜਿੱਥੇ ਉਹਨਾਂ ਦੀ ਜਾਣ ਪਹਿਚਾਣ ਸੀ ਉਸ ਜਗ੍ਹਾ 'ਤੇ ਅਸੀਂ ਜਿਹੜੀਆਂ ਪਾਰਟੀਆਂ ਭੇਜੀਆਂ। ਦੇਖੋ ਅਲਟੀਮੇਟਲੀ ਜਿਹੜੀ ਹੁਣ ਤੱਕ ਦੀ ਤਫਤੀਸ਼ ਦੇ ਵਿੱਚ ਆਇਆ ਕਿ ਦੋਵੇਂ ਕਾਫੀ ਦੇਰ ਤੋਂ ਇੱਕ ਦੂਜੇ ਦੇ ਨੋਨ ਸੀ, ਦੋਵੇਂ ਇੱਕ ਦੂਜੇ ਨੂੰ ਮਿਲਦੇ ਸੀ, ਉਹਨਾਂ ਦੀ ਆਪਸ ਦੇ ਵਿੱਚ ਗੱਲ ਵੀ ਹੁੰਦੀ ਸੀ, ਕਿਉਂਕਿ ਮੀਡੀਆ ਦੇ ਵਿੱਚ ਆ ਰਿਹਾ ਤਾਂ ਨੈਚੁਰਲੀ ਅਕਿਊਜ਼ਡ ਨੂੰ ਪਤਾ ਲੱਗ ਜੂਗਾ ਵੀ ਮੇਰੇ ਖਿਲਾਫ਼ ਕੋਈ ਨਾ ਕੋਈ ਇਨਫੋਰਮੇਸ਼ਨ ਹੈਗੀ ਹੈ। ਅੰਮ੍ਰਿਤਸਰ ਤੋਂ ਗੁਰਪ੍ਰੀਤ ਸਿੰਘ ਰਾਜਪੂਤ ਦੇ ਨਾਲ ਬਿਊਰੋ ਰਿਪੋਰਟ, KTV।